ਹੋਰ ਗ੍ਰੇਵਯਾਰਡ ਆ ਜੀ ਉਰੇ ਬਣਿਆ ਹੋਇਆ, ਇਹ ਕਹਿੰਦੇ ਵੱਡਾ ਗ੍ਰੇਵਯਾਰਡ ਆ। ਇੱਥੇ ਪੈਦਲ ਜਾਣਾ ਪੈਂਦਾ, ਤੁਰ ਕੇ ਗਏ ਤਾਂ ਉੱਥੇ ਹੀ ਪੈਦਲ ਹੀ ਸੀਗੇ, ਪਰ ਇਹ ਬਾਈਕ ਖੜਾਉਣੀ ਪੈਗੀ ਇੱਥੇ, ਉੱਥੇ ਸਾਹਮਣੇ ਖੜੀਆਂ ਨੇ ਸੜਕ 'ਤੇ। ਹੈਂ, ਚੱਲ ਕੋਈ ਨਹੀਂ, ਲੈ ਕੇ ਤਾਂ ਲੈ ਕੇ ਫਿਰ ਹੈ ਨਾ ਅੰਦਰ ਨੂੰ ਕਰਕੇ ਇੱਥੇ ਜੇ ਖੜਾ ਜਾਂਦੇ ਹੈ ਨਾ। ਹਾਂ ਉਹ ਸੀਗਾ ਬਣਿਆ ਹੋਇਆ, ਕੋਈ ਮਿਲ ਗਿਆ। ਅੱਜ ਕਰਦੇ ਅੰਗਰੇਜ਼ਾਂ ਦਾ ਇਹ ਕੀ ਆ, ਉਹ ਚਰਚ ਬਣੀ ਹੋਈ ਆ ਕਿ ਗੇਟ ਆ, ਉਹਦਾ ਗੇਟ ਆ। ਮੈਂ ਕਹਿੰਦਾ ਮੋਟਰਸਾਈਕਲ ਇੱਥੇ ਹੀ ਲਿਆਉਂਦੇ ਹਾਂ ਯਾਰ। ਇੱਧਰ ਦੀ ਰਾਹ ਹੁੰਦਾ ਤਾਂ ਹੈਗਾ ਦੇ ਕੋਈ ਗੱਡੀ ਦਾ ਰਾਹ। ਚਲੋ ਕੋਈ ਨੀ, ਨਹੀਂ ਅਤਵਾਰ ਦੇ ਲਾਇਕ ਹੁੰਦੀ ਕੁੜੀ ਪਹਾੜਾਂ ਦੀ। ਪਹਾੜਾਂ ਵਾਲਿਆਂ ਨੇ ਵੀਡੀਓ ਲਾਈਕ ਨਹੀਂ ਕਰਨੀ ਆਪਣੀ, ਤੂੰ ਅਗਲੇ ਦੀ ਧੀ ਭੈਣ ਨੂੰ ਕਮੈਂਟ ਮਾਰਦਾ। ਸ਼ਹਿਰੀ ਮਾਨ ਦੇ ਗਾਇਆ, ਸ਼ਹਿਰੀ ਮਾਨ, ਸ਼ਹਿਰੀ ਮਾਨ ਨੇ ਤਾਂ ਗਾਤਾ, ਤੂੰ ਕਿਹੜਾ ਡਰੇਕ ਆ, ਸੋਹਣੀ ਲੱਗੇ ਭਾਜੀ। ਸ਼ਹਿਰੀ ਮਾਨ ਤਾਂ ਠੀਕ ਆ, ਤੂੰ ਕਿਹੜਾ ਡਰੇਕ ਆ, ਯਾਦ ਆ ਸ਼ਹਿਰੀ ਮਾਨ ਦੀਆਂ ਕਹਾਣੀਆਂ? ਤੂੰ ਡਰੇਕ ਆ, ਬੰਦਾ ਤਾਂ ਇਹ ਡਰੇਕ, ਡਰੇਕ ਵੀ ਅੰਗਰੇਜ਼ੀ ਸੀਗਾ ਹਨਾ। ਕੌਣ ਸੀਗਾ ਡਰੇਕ? ਡਰੇਕ ਨੂੰ ਨਹੀਂ ਜਾਣਦਾ ਤੂੰ? ਗਾਇਕ ਹੈਗਾ ਗਾ, ਹੈਗਾ ਗਾ ਹਨਾ, ਡਰੇਕ ਤਾਂ ਹੈਗਾ ਗਾ, ਸੀ ਨਹੀਂ। ਜੁਰਮਾਨਾ ਕੀ ਆ, ਜੇ ਜਗ੍ਹਾ CCTV ਕੀ ਨਿਗਰਾਨੀ ਮੈਂ, ਜੇ ਇੱਕ ਪਵਿੱਤਰ ਜਗ੍ਹਾ ਹੈ, ਇਸ ਪਵਿੱਤਰ ਜਗ੍ਹਾ ਕਾ ਕੋ ਅਪਵਿੱਤਰ ਨਾ ਕਰੇ, ਬਿਨਾਂ ਅਨੁਮਤੀ ਕੇ ਇਸ ਜਗ੍ਹਾ ਕੇ ਅੱਗੇ ਜਾਣਾ ਮਨਾ ਹੈ। CCTV ਕੈਮਰਾ ਕਿੱਥੇ ਆ, ਮੈਂ ਤਾਂ ਕਿਤੇ ਦੇਖ ਨਹੀਂ ਰਿਹਾ। ਹੈਂ, ਜਾਵਾਂਗੇ, ਇਹ ਹੋ ਸਕਦਾ ਵੀ ਇੱਥੋਂ ਤੱਕ ਆ ਗਏ ਅਤੇ ਅੱਗੇ ਨਾ ਜਾਈਏ। ਕਿੱਧਰ ਦੀ? ਕੰਧ ਟੱਪ ਕੇ ਪੌੜੀਆਂ ਬਗਲ 'ਤੇ। ਇਹ ਤਾਂ ਯਾਰ ਇਹ ਤਾਂ ਬਾਅਦ 'ਚ ਬਣੀ ਹੋਈ, ਇਹ ਤਾਂ ਬਿਹਾਰ, ਅੱਛਾ ਰੈਨੋਵੇਟਡ ਐਂਡ ਰਿਪੇਅਰਡ ਬਾਏ ਦਾ ਬਿਹਾਰ ਰੈਜੀਮੈਂਟ ਨੇ ਕੀਤੀ ਸੀਗੀ ਇਹ ਈਸਟ 1968 'ਚ, ਇਹ ਉਦੋਂ ਇਹਨਾਂ ਨੇ ਰਿਪੇਅਰ ਉਹਨਾਂ ਨੇ ਕੀਤੀ ਆ ਬਿਹਾਰ ਰੈਜੀਮੈਂਟ ਦੇ ਅੰਡਰ ਆ ਇਹ। ਹਾਂ, ਰੈਜੀਮੈਂਟਾਂ ਨੂੰ ਸੌਂਪੀਆਂ ਹੋਈਆਂ ਹੋਣਗੀਆਂ ਇਹ। ਇਹ ਕਿਹੜਾ ਫਿਰ ਆਮ ਲੋਕਾਂ ਦੀਆਂ ਥੋੜ੍ਹੀ ਇੱਥੇ ਕਬਰਾਂ ਨੇ, ਫੌਜੀਆਂ ਦੀਆਂ ਕਬਰਾਂ ਨੇ ਇਹ, ਅੰਗਰੇਜ਼ ਬ੍ਰਿਟਿਸ਼ ਇੰਡੀਅਨ ਆਰਮੀ। ਇੱਧਰ ਦੀ ਨਹੀਂ ਆ ਦੇ ਯਾਰ, ਮੇਰੀ ਗੱਲ ਤਾਂ ਹੁਣ ਆ, ਕਿੰਨਾ ਕੁ ਡੂੰਗਾ ਆ ਦੇ ਇੱਥੋਂ ਦੀ, ਚੱਲ ਆ ਜਾ ਉੱਧਰ ਦੀ ਸਹੀ। ਅਣਕੱਟ ਵੀਡੀਓ ਬਣ ਰਹੀ ਹੈ ਹਨਾ, ਨਾ ਮੈਨੂੰ ਵੀ ਦਿਖਾ ਦੀ ਵੀਡੀਓ 'ਚ, ਮੈਂ ਉਹ ਹੋਸਟ ਗੁਲਾਬ ਸਿੰਘ ਤੁਹਾਡਾ ਆਪਣਾ। ਕਿੱਡੀ ਕੁ ਗੱਲ ਹੁੰਦੀ ਆ ਜਿਹਨੂੰ ਨਾਲ ਲੈ ਜਾ ਕਰੋ। ਹਲਦੀਰਾਮ ਸਾਰੇ ਕਿਤੇ ਫਿਰਦਾ ਹੁਣ, ਜਿਹਨੂੰ ਨਾਲ ਲੈ ਜਾ ਕਰਨ, ਜਿਹੜੇ ਦੋ ਚਾਰ ਲਫਾਂ ਤੋਂ ਹੁੰਦੇ ਆ, ਤੂੰ ਖਾ ਲਿਆ ਚੱਲ ਠੀਕ ਆ, ਉਰੇ ਆ ਕੇ ਖਾ ਪੀ ਲਿਆ ਆਪਦਾ, ਤੂੰ ਵਾਪਸ ਨਾਲ ਲੈ ਜਾਓ। ਆਹਦਾ ਬਹੁਤ ਘੈਂਟ ਬਣੀ ਹੋਈ ਯਾਰ ਹੈ ਨਾ, ਪੌੜੀਆਂ ਪੂੜੀਆਂ ਹੀ ਹੋਣਗੀਆਂ ਪੱਥਰ ਤਰਾਸ਼ ਕੇ ਉਹ ਕੀਤਾ ਹਨਾ। ਆਹ ਦਰਖਤ ਡਿੱਗ ਪਿਆ ਭਾਈ, ਆਹ ਕੀ ਬਣਿਆ ਹੋਇਆ, ਵਾਹ ਕਿਆ ਵਾਤਾ ਨੇ, ਕੀ ਕਹਿੰਦਾ Heavenly Father, Lord Jesus, hear our prayers, have mercy and take them into the Holy Kingdom.
दिस मोस्ट ब्यूटीफुल ग्रेव ओनली रिस्टोर्ड विद बहुत सोहनी बनाई हुई है पत्थर की तरह उसको गलत गल यार तोड़ा हुआ उपर ओना लोगो दी भी बना तराशा हुआ पत्थर नीचे भी बनना चार देखो प्रोटेक्ट की हां नाम तो फिर लिखते ही है फिर ही पता लगता की दी है हुण तां किहड़ा आउंदा होऊ अद्धे तां ही भुल गए होणगे साडा किहदा किथे दफन कीता वा 1916 दी एज 29 साल दी सी उपर चलते उपर उपर हां 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 हैं 29 साल दी उमर सीगी इधर भी है जी 1916 दी डेथ होई है 29 साल दी उमर है बूटे काटे लाए हुए ने वैसे तां वधिया सांभ संभाल कीती हुई है ये मैनू लगता रेनोवेशन करन तो बाद कद इतने आंदे हो कद आए नहीं होने जा करी एक करी सही कर गए होगा ना जो कोई प्रोग्राम रखते हो हाँ इतने भी डस्टबीन लग्या वा वो डस्टबीन च नहीं सीटना बस जी गाला लेनिया ने फिर वो बाउंड्री वाल आ गई जी ये उपर पौड़िया जा रही स्वर्ग की स्वर्ग पौड़ी स्वर्ग की पौड़ी है ये नवीं ने हाँ है ना वो परली ते मार्बल लगे हाँ एक होर बनी है सुनीता मिंज आता नवीं ने क्रिश्चन रेंदे होंगे ना इत्थे उन्हां दियां भी आ उपर आगे की हो गया बस ये देख लो यार उरे भी बनिया हुई ने आता नवीं ने तो अपने तो उन्ना छड़न लोगेगा ਉਹਨੂੰ ਚਿੱਟੇ ਵਾਲਿਆਂ ਨੇ ਪੱਟ ਕੇ ਵੇਚ ਦੇਣੇ ਅਸੀਂ ਕਿੱਲ ਪੱਤੀਆਂ ਆ ਗਏ ਜੀ ਇੱਥੋਂ ਵਿਊ ਉਹ ਦੇਖੋ ਲੋਕੋ ਕੀ ਹਾਲ ਆ ਗਏ ਫਿਰ ਦੇਖ ਲਓ ਬੀਅਰ ਦੀਆਂ ਬੋਤਲਾਂ ਸੋਡੇ ਆਹ ਬੋਤਲਾਂ ਭੰਨ ਕੇ ਰੈੱਡ ਲੇਵਲ ਦਾ ਪਿਆ ਥੱਲੋਂ ਤੱਕ ਦੇਖ ਲਓ ਉਰੇ ਬਹਿ ਕੇ ਦਾਰੂ ਪੀ ਕੇ ਗਏ ਮੁਰਦਿਆਂ ਨਾਲ ਫਿਰ ਇਹਨਾਂ ਕੋਲ ਬੋਤਲਾਂ ਸਿੱਟ ਗਏ ਸਾਲੇ ਤੁਸੀਂ ਤਾਂ ਜਿਉਂਦੇ ਸੀਗੇ ਤੁਸੀਂ ਤਾਂ ਚੱਕ ਜੋ ਇਹ ਕਿਹੜਾ ਹੁਣ ਉੱਠ ਕੇ ਚੱਕਣਗੇ ਤੁਸੀਂ ਇਹਨਾਂ ਦਾ ਘਰ ਖਰਾਬ ਕਰੀ ਜਾਂਦੇ ਹੋ ਇੰਨਾ ਘੈਂਟ ਹੈਗਾ ਹੈਗਾ 100 ਦੀ ਫਿੱਟ ਲਾਣ ਤਾਂ ਜਿਹੜਾ ਇਹ ਉਰੇ ਸਿੱਟ ਕੇ ਗਏ ਆ ਸ਼ੇਅਰ ਕਰੋ ਤਾਂ ਜੋ ਉਹਨਾਂ ਕੋਲ ਪਹੁੰਚੇ ਜਿਹੜੇ ਇੱਥੇ ਸਿੱਟ ਗਏ ਸ਼ਰਮ ਆਵੇ ਉਹਨਾਂ ਨੂੰ ਆਹ ਤੁਹਾਡਾ ਗੰਦ ਪਾਇਆ ਵਾ ਚਵਲ ਚੌਰੇ ਕਤੀੜਾਂ ਡਸਟਬੀਨ ਹੋਣ ਦੇ ਬਾਵਜੂਦ ਵੀ ਤੁਸੀਂ ਗੰਦ ਪੁੰਨੋ ਬੋਤਲਾਂ ਉੱਤੋਂ ਭੰਨ ਕੇ ਗਏ ਬਿਨਿਆ ਦੇ
ਕਿਸੇ ਦੇ ਪੈਰ ਪੂਰ ਚ ਵੱਜਣ ਵੀ ਹੁਣ ਕੀ ਪਤਾ ਹਨਾ ਇਹਨਾਂ ਦੇ ਵਿਚਾਰੇ ਇਹ 1800 ਵੇਲੇ ਦੇ ਦੱਬੇ ਬਹਿ ਗਏ ਇਹਨਾਂ ਕੋਲ ਕੀ ਪਤਾ ਹੁਣ ਚੱਪਲਾਂ ਟੁੱਟ ਗਈਆਂ ਹੁਣ ਇਹਨਾਂ ਦੀਆਂ ਜਿਹਨਾਂ ਦੇ ਕੱਚ ਵੱਜੇ ਰਾਤ ਨੂੰ ਤੁਰੇ ਫਿਰਦੇ ਨੇ ਫਲਾਵਰ ਜੇ ਚੜਾ ਕੇ ਗਏ ਹਨਾ ਵਿਚਾਲੇ ਜੇ ਇਹ ਹੋ ਸਕਦਾ ਇਹਨਾਂ ਦਾ ਕੋਈ ਆਇਆ ਹੋਵੇ 75 ਸਾਲ ਦਾ ਸੀ ਚਲੋ ਲੰਬੀ ਉਮਰ ਭੋਗ ਕੇ ਗਿਆ ਇਹ ਸੀਗੀ ਜੀ ਇੱਥੋਂ ਦੀ ਵੱਡੀ ਵੱਡਾ ਕਬਰਿਸਤਾਨ ਹੰਟਡ ਪਲੇਸ ਵੀ ਹੈ ਇਹ ਆ ਹੁੰਦੀ ਆ ਹੰਟਡ ਪਲੇਸ ਹਾਂ ਤਾਸ਼ ਖੇਡਦੀਆਂ ਉਹ ਤੇ ਉਰੇ ਭਾਬੀ ਦੌਰ ਚੱਲਦੀ ਹੈ ਰਾਤ ਨੂੰ ਹੋ ਸਕਦਾ ਫਿਰ ਇਹ ਫੜਾ ਕੇ ਕੌਣ ਜਾਂਦਾ ਠੀਕ ਇਹ ਦੇਖ ਲਓ ਜੀ ਗ੍ਰੇਵਯਾਰਡ ਦਾ ਉੱਪਰ ਤੋਂ ਵਿਊ ਠੀਕ ਹੈ ਜੀ ਇਹ ਵੀ ਵੀਡੀਓ ਨੂੰ ਇੱਥੇ ਸਟੋਪ ਕਰਦੇ ਹਾਂ ਹੁਣ ਅਸੀਂ ਆਪ ਇੱਥੇ ਘੁੰਮਦੇ ਫਿਰਦੇ ਹਾਂ